ਔਰ ਹੁਣ ਸੁਰਖੀਆਂ ਦਾ ਵਿਸਥਾਰ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਅੰਮ੍ਰਿਤਸਰ ਦੀ। ਤਸਵੀਰਾਂ ਇਸ ਵਕਤ ਤੁਹਾਡੀ ਟੈਲੀਵਿਜ਼ਨ ਸਕਰੀਨ 'ਤੇ ਨੇ। ਅੰਮ੍ਰਿਤਸਰ ਦੇ ਵਿੱਚ ਬਿਕਰਮ ਸਿੰਘ ਮਜੀਠੀਆ, ਤਰੁਣ ਚੁੱਗ ਅਤੇ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਅੱਜ ਰੇਲ ਹਾਦਸੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਬਣਾਈ ਗਈ SIT ਦੇ ਅਹੁਦੇਦਾਰ ਨਾਲ ਮੁਲਾਕਾਤ ਕਰਨ ਲਈ ਆਪਣੇ ਆਪ ਨੂੰ ਉਸ ਜਗ੍ਹਾ ਦੇ ਉੱਤੇ ਲੈ ਕੇ ਜਾਇਆ ਗਿਆ ਜਿੱਥੇ ਇਹ ਅਧਿਕਾਰੀ ਮੌਜੂਦ ਸਨ। ਔਰ ਇਸ ਮੌਕੇ ਤੁਸੀਂ ਸਾਫ਼ ਦੇਖ ਸਕਦੇ ਹੋ ਬਿਕਰਮ ਮਜੀਠੀਆ, ਤਰੁਣ ਚੁੱਗ ਅਤੇ ਸ਼ਵੇਤ ਮਲਿਕ ਦੀ ਪੁਲਿਸ ਦੇ ਨਾਲ ਤਿੱਖੀ ਤਕਰਾਰ ਵੀ ਹੋਈ ਹੈ। ਸੋ ਇਹ ਤਿੱਖੀ ਤਕਰਾਰ ਆਪਸ ਦੇ ਵਿੱਚ ਇੱਥੇ ਲੀਡਰਾਂ ਦੇ ਨਾਲ ਹੋਈ ਹੈ, ਹਾਲਾਂਕਿ ਹਲਕੀ ਧੱਕਾ ਮੁੱਕੀ ਹੋਈ ਹੈ। ਇਸ ਨੂੰ ਅਸੀਂ ਪੂਰੀ ਧੱਕਾ ਮੁੱਕੀ ਨਹੀਂ ਕਹਿ ਸਕਦੇ, ਹਲਕੀ ਧੱਕਾ ਮੁੱਕੀ ਇਸ ਨੂੰ ਅਸੀਂ ਕਹਿ ਸਕਦੇ ਹਾਂ। ਸੋ ਤਸਵੀਰਾਂ ਇਸ ਵਕਤ ਤੁਹਾਡੇ ਸਾਹਮਣੇ ਨੇ, ਬਹਿਸ ਜ਼ਿਆਦਾ ਹੋਈ ਹੈ। ਸੋ ਬਹਿਸ ਹੋਈ ਹੈ, ਇੰਪਰੂਵਮੈਂਟ ਟਰੱਸਟ ਦੇ ਦਫ਼ਤਰ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਅਕਾਲੀ ਦਲ ਦੇ ਲੀਡਰ। ਪੂਰੀ ਗੱਲ ਸੁਣਦੇ ਹਾਂ ਔਰ ਇਹ ਬਹਿਸ ਕਿਵੇਂ ਹੋਈ ਹੈ ਵੀ ਸੁਣਦੇ ਹਾਂ। ਇਨਕੁਆਇਰੀ ਰਿਜੈਕਟ ਕਰਨ ਦਾ ਕਾਰਨ ਅੱਜ ਤੁਹਾਡੇ ਸਾਹਮਣੇ ਹੈ। ਲੀਪਾ ਪੋਚੀ ਇਨਕੁਆਇਰੀ ਹੈ, ਇੱਕ ਕਵਰ ਅਪ ਆਪਰੇਸ਼ਨ ਹੈ। ਮੈਂ ਪਹਿਲੀ ਇਨਕੁਆਇਰੀ ਦੇਖ ਰਿਹਾ। ਤੁਸੀਂ ਸੁਪਰੀਮ ਕੋਰਟ ਚਲੇ ਜਾਓ, ਹਾਈ ਕੋਰਟ ਚਲੇ ਜਾਓ, ਕਿਸੇ ਅਦਾਲਤ 'ਚ ਚਲੇ ਜਾਓ, ਕੁੰਡਾ ਲਾ ਕੇ ਕਦੇ ਇਨਕੁਆਇਰੀਆਂ ਨਹੀਂ ਹੁੰਦੀਆਂ। ਇੱਥੇ ਪਹਿਲੀ ਗੱਲ, ਕਿਸੇ ਨੂੰ ਪਾਰਦਰਸ਼ਨੀ ਤਰੀਕੇ ਨਾਲ ਦੱਸਿਆ ਗਿਆ ਜੀ ਕਿ ਅੱਜ ਸੁਣਵਾਈ ਹੈ? ਮੈਂ ਹੁਣੇ ਹੋ ਕੇ ਆਇਆ ਜੀ ਜੋੜੇ ਫਾਟਕ, ਮੈਨੂੰ 10-15 ਪਰਿਵਾਰ ਉੱਥੇ ਮਿਲੇ ਆ। ਇੱਥੇ ਅੰਦਰ ਕੁੰਡਾ ਲਾ ਕੇ ਇਨਕੁਆਇਰੀ ਨਹੀਂ ਕੀਤੀ ਜਾ ਰਹੀ, ਅਗਲੇ ਨੂੰ ਦਬਾਅ ਬਣਾਇਆ ਜਾ ਰਿਹਾ, ਪ੍ਰੈਸ਼ਰ ਬਣਾਇਆ ਜਾ ਰਿਹਾ ਕਿ ਤੇਰੀ ਤਾਂ ਸੁਣਵਾਈ ਹੋਊ। ਜੇ ਤੂੰ ਸਿੱਧੂ ਜੋੜੇ ਦੀ ਹੱਕ ਦੀ ਗੱਲ ਕਰੇ, ਜੇ ਨਵਜੋਤ ਕੌਰ ਸਿੱਧੂ ਮਿੱਠੂ ਦੀ ਹੱਕ ਦੀ ਗੱਲ ਹੋਊ ਤੇ ਇਨਕੁਆਇਰੀ ਹੋਊ। ਮੈਂ ਪੁੱਛਣਾ ਚਾਹੁੰਦਾ, ਇੰਨੇ ਵੱਡੇ ਪੱਧਰ ਤੇ ਲੋਕ ਮਰੇ ਆ, ਲੋਕ ਹਲੇ ਲੱਭ ਨਹੀਂ ਰਹੇ, ਇੰਨੇ ਇੰਜਰਡ ਪਏ ਆ, ਜੇ ਇਹ ਫ੍ਰੀ ਐਂਡ ਫੇਅਰ ਇਨਕੁਆਇਰੀ ਹੁੰਦੀ ਤੇ ਸਾਨੂੰ ਅੰਦਰ ਜਾਣ ਤੋਂ ਨਾ ਰੋਕਦੇ। ਤਸਵੀਰਾਂ ਦੇਖੀਆਂ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਦਫ਼ਤਰ ਦੇ ਵਿੱਚ ਬਹਿਸ ਹੋਈ ਹੈ। ਧੱਕਾ ਮੁੱਕੀ ਅਸੀਂ ਨਹੀਂ ਕਹਿੰਦੇ, ਲੇਕਿਨ ਬਹਿਸ ਹੋਈ ਹੈ। ਸੋ ਹਲਕਾ ਉੱਥੇ ਤਕਰਾਰ ਆਪਸ ਦੇ ਵਿੱਚ ਬਹੁਤ ਜ਼ਿਆਦਾ ਹੋਇਆ। ਔਰ ਜਦੋਂ ਬਾਹਰ ਆਏ ਇੰਪਰੂਵਮੈਂਟ ਟਰੱਸਟ ਦੇ ਦਫ਼ਤਰ ਤੋਂ ਬਾਹਰ ਜਦੋਂ ਬਿਕਰਮ ਮਜੀਠੀਆ ਅਤੇ ਦੂਸਰੇ ਲੀਡਰ ਆਏ, ਉਸ ਵੇਲੇ ਉਹਨਾਂ ਨੇ ਕੀ ਕੀਤਾ ਉਹ ਵੀ ਵੇਖ ਲਈਏ। ਇਹਨਾਂ ਨੂੰ ਪਤਾ ਜੇ ਸਿੱਧੂ ਦੇ ਖਿਲਾਫ਼ ਬੋਲੋਗੇ ਤੇ ਤੁਹਾਡੇ ਤੇ ਸਾਡੇ ਤੇ ਧੱਕਾ ਕਰੀ ਜਾਂਦੇ, ਉਹ ਵਿਚਾਰੇ ਦੀ ਕੌਣ ਸੁਣੇਗਾ? ਸਾਈਨ ਕਰਾਏ ਜਾ ਰਹੇ ਆ ਕਿ ਤੁਹਾਡੇ ਚੈੱਕ ਦੇਣ ਵੇਲੇ ਕਿ ਨਵਜੋਤ ਕੌਰ ਸਿੱਧੂ ਤੇ ਮਿੱਠੂ ਜ਼ਿੰਮੇਵਾਰ ਨਹੀਂ, ਤੇ ਕਮੇਟੀ ਦਾ ਜਿਨ੍ਹਾਂ ਦੇ ਕਮੇਟੀ ਬਣਾਈ ਉਹ ਨਹੀਂ ਬੁਲਾਏ, ਜਿਹੜਾ ਕਮੇਟੀ ਨੂੰ ਜਿਹਦੇ ਕਰਕੇ ਸਾਰਾ ਪੁਆੜਾ ਪਿਆ, ਐਡਾ ਵੱਡਾ ਹਾਦਸਾ ਹੋਇਆ, ਉਹ ਘਰੇ ਬੈਠਿਆ ਸਿਕਿਉਰਿਟੀ ਲੈ ਕੇ, ਸਿੱਧੂ ਆਪਦੇ ਘਰੇ ਆ। ਉਹੀ ਲਫ਼ਜ਼ ਕੁਦਰਤ ਦਾ ਕਰੋਪ, ਉਹ ਜਿਹਨੂੰ ਗ੍ਰਿਫਤਾਰ ਕਰਨਾ ਚਾਹੀਦਾ ਉਹਨੂੰ ਸੁਰੱਖਿਆ ਦਿੱਤੀ ਗਈ ਹੈ ਪੁਲਿਸ ਔਰ ਉਹਦੇ ਦਫ਼ਤਰ ਹੀ ਜਿਵੇਂ ਦੇਖੋ, ਮਿੱਠੂ ਮੈਦਾਨ ਖੁੱਲੇ ਆਮ ਦਬਕੇ ਮਾਰਦਾ, ਲੋਕਾਂ ਨੂੰ ਡਰਾ ਰਿਹਾ ਤੇ ਪੁਲਿਸ ਜਿਹੜੀ ਹੈ।
ਸੋ ਤੁਸੀਂ ਵੇਖਿਆ ਬਿਕਰਮ ਸਿੰਘ ਮਜੀਠੀਆ, ਤਰੁਣ ਚੁੱਗ ਅਤੇ ਸ਼ਵੇਤ ਮਲਿਕ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਵੀ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਮੈਜਿਸਟ੍ਰੇਟ ਜਾਂਚ ਸ਼ੁਰੂ ਹੋ ਗਈ ਹੈ ਇਸ ਮਾਮਲੇ ਦੇ ਵਿੱਚ। ਜਿਹੜੀ SIT ਬਣਾਈ ਗਈ ਸੀ ਉਸਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ, ਔਰ ਅੱਜ ਅੰਮ੍ਰਿਤਸਰ ਦੇ ਵਿੱਚ ਜਾਂਚ ਟੀਮ ਵੱਲੋਂ ਮੌਕਾ ਏ ਵਾਰਦਾਤ ਦਾ ਮੁਆਇਨਾ ਕੀਤਾ ਗਿਆ, ਪੜਤਾਲ ਕੀਤੀ ਗਈ। ਸੋ ਮੈਜਿਸਟ੍ਰੇਟ ਜਾਂਚ ਕਮੇਟੀ ਨੇ ਚਸ਼ਮਦੀਦਾਂ ਦੇ ਬਿਆਨ ਵੀ ਕਲਮਬੰਦ ਕੀਤੇ ਨੇ। ਇਹ ਜਾਂਚ ਕਮੇਟੀ ਆਪਣੀ ਰਿਪੋਰਟ 4 ਹਫ਼ਤਿਆਂ ਦੇ ਵਿੱਚ ਸਰਕਾਰ ਨੂੰ ਸੌਂਪੇਗੀ। ਮਾਮਲੇ ਦੀ ਜਾਂਚ ਦੇ ਇਲਾਵਾ ਇੱਕ FIR ਵੀ ਦਰਜ ਕੀਤੀ ਗਈ ਹੈ, ਜਿਸ ਤੋਂ ਬਾਅਦ ਜਾਂਚ ਨੂੰ ਵਧਾਇਆ ਗਿਆ। ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਰੇਲਵੇ ਮਹਿਕਮੇ ਨੇ ਵੀ ਰੇਲ ਗੱਡੀ ਦੇ ਡਰਾਈਵਰ, ਗਾਰਡ ਅਤੇ ਗੇਟਮੈਨ ਨੂੰ ਛੁੱਟੀ ਉੱਪਰ ਭੇਜ ਦਿੱਤਾ। ਮੈਜਿਸਟ੍ਰੇਟ ਅਤੇ SIT ਦੀ ਜਾਂਚ ਵਿੱਚ ਹੁਣ ਇਹਨਾਂ ਤਿੰਨਾਂ ਦੀ ਜ਼ਰੂਰਤ ਹੋਏਗੀ ਅਤੇ ਇਹਨਾਂ ਨੂੰ, ਡਰਾਈਵਰ ਨੂੰ, ਗਾਰਡ ਨੂੰ ਅਤੇ ਗੇਟਮੈਨ ਨੂੰ ਹਾਜ਼ਰ ਹੋਣਾ ਪਏਗਾ। ਕਾਬਲਾ ਜ਼ਿਕਰ ਹੈ 19 ਅਕਤੂਬਰ ਨੂੰ ਦੁਸ਼ਹਿਰੇ ਵਾਲੇ ਦਿਨ ਜੋੜਾ ਰੇਲ ਫਾਟਕ ਦੇ ਬਿਲਕੁਲ ਕਿਨਾਰੇ ਇਹ ਘਟਨਾ ਵਾਪਰੀ ਸੀ, ਜਦੋਂ DMU ਨੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਮਿਧ ਦਿੱਤਾ ਸੀ। 60 ਤੋਂ ਜ਼ਿਆਦਾ ਲੋਕ ਹੁਣ ਤੱਕ ਇਸ ਦੁਨੀਆ ਤੋਂ ਬਹੁਤ ਦਰਦ ਭਰੇ ਢੰਗ ਨਾਲ ਵਿਦਾ ਹੋ ਚੁੱਕੇ ਨੇ। ਅਤੇ ਅਗਲੀ ਸਭ ਤੋਂ ਵੱਡੀ ਖਬਰ ਦਾ ਰੁੱਖ ਕਰਦੇ ਹਾਂ। ਪੰਜਾਬ ਦੀ ਸਰਕਾਰ ਦੇ ਵਿੱਚ ਇਸ ਵਕਤ MeToo ਅਭਿਆਨ ਨੂੰ ਲੈ ਕੇ ਕਾਂਬਾ ਛਿੜਿਆ ਪਿਆ। ਅਸਲ ਦੇ ਵਿੱਚ ਪੰਜਾਬ ਦੀ ਸਰਕਾਰ ਦੇ ਇੱਕ ਮੰਤਰੀ ਦੀ ਛੁੱਟੀ ਤੈਅ ਮੰਨੀ ਜਾ ਰਹੀ ਹੈ। ਸਰਕਾਰ ਨੇ ਅਧਿਕਾਰਿਕ ਤੌਰ 'ਤੇ ਉਸ ਮੰਤਰੀ ਦਾ ਨਾਮ ਤਾਂ ਜਾਰੀ ਨਹੀਂ ਕੀਤਾ, ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਨਾਲ ਇਹ ਗੱਲਾਂ ਆ ਰਹੀਆਂ ਨੇ ਕਿ ਇੱਕ ਮੰਤਰੀ ਨੇ ਇੱਕ ਮਹਿਲਾ ਅਧਿਕਾਰੀ ਤੋਂ ਮੁਆਫ਼ੀ ਮੰਗ ਲਈ ਹੈ, ਕਿਉਂਕਿ ਇੱਕ ਵੱਡੀ ਮਹਿਲਾ ਅਫਸਰ ਨੇ ਸ਼ਿਕਾਇਤ ਦਿੱਤੀ ਸੀ ਕਿ ਪੰਜਾਬ ਦਾ ਇੱਕ ਮੰਤਰੀ ਨੇ ਉਹਨਾਂ ਨੂੰ ਅਜਿਹੇ ਮੋਬਾਈਲ ਮੈਸੇਜ ਭੇਜੇ ਜਿਹੜੇ ਕਿ ਬਹੁਤ ਜ਼ਿਆਦਾ ਮਾੜੇ ਸਨ। ਸੋ ਹੁਣ ਇਸ ਮਾਮਲੇ ਦੇ ਵਿੱਚ ਰਾਜਕੁਮਾਰ ਵੇਰਕਾ ਨੇ ਸਫਾਈ ਦਿੱਤੀ ਹੈ, ਜਿਹੜੇ ਕਿ ਸੀਨੀਅਰ ਆਗੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ। ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਮਾਮਲਾ ਨਿਬੜ ਚੁੱਕਿਆ, ਔਰ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਆਪਸ ਦੇ ਵਿੱਚ ਮੰਤਰੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਦੇ ਮੁਤਾਬਕ ਮੁਆਫ਼ੀ ਵੀ ਮੰਗੀ ਗਈ ਸੀ ਅਤੇ ਇਹ ਮਾਮਲਾ ਨਿਬੜ ਚੁੱਕਿਆ। ਉਹ ਸੁਣਦੇ ਹਾਂ ਡਾਕਟਰ ਰਾਜਕੁਮਾਰ ਵੇਰਕਾ ਕੀ ਕਹਿ ਰਹੇ ਨੇ, ਔਰ ਅਕਾਲੀ ਦਲ ਦੀ ਕੀ ਮੰਗ ਹੈ ਉਹ ਵੀ ਸੁਣਦੇ ਹਾਂ। ਦੇਖੋ, ਇਹਦੇ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਬਿਆਨ ਆ ਗਿਆ, ਔਰ ਉਹਨਾਂ ਨੇ ਇਹ ਗੱਲ ਕਹੀ ਕਿ ਕੁਛ ਹਫ਼ਤੇ ਪਹਿਲੇ ਮੇਰੇ ਕੋਲ ਇੱਕ ਕੰਪਲੇਂਟ ਮਹਿਲਾ ਅਧਿਕਾਰੀ ਦੀ ਆਈ ਸੀ, ਔਰ ਇਹ ਉਹ ਦੋਨਾਂ ਨੂੰ ਬਿਠਾ ਕੇ ਇਸ ਗੱਲ ਨੂੰ ਖਤਮ ਕਰਤਾ ਗਿਆ। ਉਹਨਾਂ ਨੇ ਰਿਲਾਈਜ਼ ਕਰ ਲਿਆ, ਉਹਦੇ ਬਾਅਦ ਕਿਸੇ ਮਹਿਲਾ ਅਧਿਕਾਰੀ ਨੇ ਕਦੀ ਕੰਪਲੇਂਟ ਕੀਤੀ ਨਹੀਂ, ਉਹ ਮਾਮਲਾ ਛੁਲਟ ਗਿਆ, ਮਾਮਲਾ ਖਤਮ ਹੋ ਗਿਆ, ਔਰ ਉਹਦੇ ਬਾਅਦ ਹੁਣ ਕੋਈ ਗੱਲ ਹੈ ਨਹੀਂ ਕਰਨ ਵਾਲੀ, ਕਿਉਂਕਿ ਮੁੱਖ ਮੰਤਰੀ ਜੀ ਦੇ ਬਿਆਨ ਆ ਗਿਆ, ਉਹਦੇ ਬਿਆਨ ਤੋਂ ਬਾਅਦ ਮੇਰਾ ਬਿਆਨ ਬਣਦਾ ਨਹੀਂ। ਨਹੀਂ, ਇੱਦਾਂ ਦੀ ਗੱਲ ਨਹੀਂ। ਮੈਂ ਸਮਝਦਾ ਕਿ ਇਹਦੇ ਵਾਸਤੇ ਮੁੱਖ ਮੰਤਰੀ ਜੀ ਦੱਸ ਸਕਦੇ, ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿਹੜਾ ਮੰਤਰੀ ਹੈ, ਕੌਣ ਅਧਿਕਾਰੀ ਹੈ, ਮੈਨੂੰ ਇਸ ਗੱਲ ਦੀ ਕੋਈ ਵੀ ਨੌਲੇਜ ਨਹੀਂ ਹੈਗੀ, ਕਿਉਂਕਿ ਇਹ ਕੱਲ੍ਹ ਅਚਾਨਕ ਇਹ ਮਾਮਲਾ ਉਛਲਿਆ, ਔਰ ਉਹਦੇ ਵਾਸਤੇ ਮੁੱਖ ਮੰਤਰੀ ਜੀ ਨੇ ਸਫਾਈ ਦੇ ਦਿੱਤੀ ਹੈ, ਮੁੱਖ ਮੰਤਰੀ ਜੀ ਨੇ ਬਿਆਨ ਦੇ ਦਿੱਤਾ, ਔਰ ਮੁੱਖ ਮੰਤਰੀ ਜੀ ਦੇ ਬਿਆਨ ਤੋਂ ਬਾਅਦ ਫਿਰ ਵੀ ਕੋਈ ਜਾਂਚ ਹੈ, ਫਿਰ ਵੀ ਕੋਈ ਪੁੱਛਣਾ ਚਾਹੁੰਦੇ ਆ ਕੌਣ ਆਦਮੀ ਹੈ, ਕੌਣ ਔਰਤ ਹੈ, ਇਹਦੇ ਵਾਸਤੇ ਮੈਂ ਸਮਝਦਾ ਕਿ ਉਹੀ ਬਿਆਨ ਦੇ ਸਕਦੇ, ਉਹੀ ਦੱਸ ਸਕਦੇ। ਔਰ ਸ਼ਰਮ ਇਸ ਗੱਲ ਦੀ ਜ਼ਿਆਦਾ ਹੁੰਦੀ ਹੈ ਕਿ ਹਾਲੇ ਨਾਮ ਕਲੀਅਰ ਨਹੀਂ ਹੋਇਆ, ਇਸ ਕਰਕੇ ਸਾਰੀ ਕੈਬਨਿਟ ਸ਼ੱਕ ਦੇ ਘੇਰੇ ਚਾਲ। ਇਸ ਲਈ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਇੱਕ ਤਾਂ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ, ਜਿਸ ਵੀ ਮੰਤਰੀ ਦੇ ਬਾਰੇ 'ਚ ਇਹ ਸ਼ਿਕਾਇਤ ਉਹਨਾਂ ਕੋਲ ਆਈ ਹੈ
ਉਹਦਾ ਨਾਮ ਉਹਨਾਂ ਨੂੰ ਤੁਰੰਤ ਪਬਲਿਕ ਕਰਨਾ ਚਾਹੀਦਾ ਔਰ ਇਮੀਡੀਏਟਲੀ। ਤੇ ਹੁਣ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ। ਸ਼੍ਰੋਮਣੀ ਅਕਾਲੀ ਦਲ ਵਿੱਚ ਆਏ ਦਿਨ ਕੋਈ ਨਾ ਕੋਈ ਨਵਾਂ ਕਾਟੋ ਕਲੇਸ਼ ਉੱਭਰ ਰਿਹਾ। ਪਹਿਲਾਂ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ ਅਸਤੀਫਾ ਦਿੱਤਾ, ਫਿਰ ਕਈ ਹੋਰ ਆਗੂਆਂ ਨੇ ਅਸਤੀਫਾ ਦਿੱਤਾ, ਫਿਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਅਸਤੀਫਾ ਦਿੱਤਾ, ਮਨਜੀਤ ਸਿੰਘ ਜੀਕੇ ਨੇ ਆਪਣਾ ਚਾਰਜ ਛੱਡਿਆ ਫਿਰ ਸਾਂਭਿਆ, ਹੁਣ ਮਨਜਿੰਦਰ ਸਿੰਘ ਸਿਰਸਾ ਨੇ ਵੀ ਆਪਣਾ ਚਾਰਜ ਛੱਡ ਦਿੱਤਾ। ਹਾਲਾਂਕਿ ਮੰਨਿਆ ਇਹ ਜਾ ਰਿਹਾ ਸੀ ਕਿ ਮਨਜਿੰਦਰ ਸਿੰਘ ਸਿਰਸਾ ਕਿਤੇ ਨਾ ਕਿਤੇ ਮਨਜੀਤ ਸਿੰਘ ਜੀਕੇ ਨਾਲ ਨਾਰਾਜ਼ ਨੇ, ਕਿਸੇ ਗੱਲ ਦਾ ਮਤਭੇਦ ਹੈ, ਇਸ ਕਰਕੇ ਉਹਨਾਂ ਨੇ ਚਾਰਜ ਛੱਡਿਆ। ਪਰ ਮਨਜਿੰਦਰ ਸਿੰਘ ਸਿਰਸਾ ਕਹਿ ਰਹੇ ਨੇ ਕਿ ਉਹਨਾਂ ਦੀ ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ, ਉਹਨਾਂ ਨੇ ਫਿਲਹਾਲ ਆਪਣਾ ਚਾਰਜ ਛੱਡਿਆ, ਅਸਤੀਫਾ ਨਹੀਂ ਦਿੱਤਾ। ਅਕਾਲੀ ਦਲ ਦੇ ਵਿੱਚ ਸਭ ਕੁਝ ਸਹੀ ਨਹੀਂ ਚੱਲ ਰਿਹਾ। ਮਨਜਿੰਦਰ ਸਿੰਘ ਸਿਰਸਾ ਨੇ ਜਿਹੜੇ ਕਿ DSGMC ਦੇ ਜਨਰਲ ਸਕੱਤਰ ਦੇ ਤੌਰ 'ਤੇ ਆਪਣਾ ਚਾਰਜ ਉਹਨਾਂ ਨੇ ਅਮਰਜੀਤ ਸਿੰਘ ਪੱਪੂ ਨੂੰ ਸੰਭਾਲ ਦਿੱਤਾ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਅਸਤੀਫੇ ਦੀ ਖਬਰ ਕੋਰੀ ਅਫਵਾਹ ਹੈ। ਦੂਜੇ ਪਾਸੇ ਮਨਜੀਤ ਸਿੰਘ ਜੀਕੇ ਨੇ ਆਪਣਾ ਚਾਰਜ ਛੱਡਿਆ ਸੀ ਪਹਿਲਾਂ, ਪਰ ਹੁਣ ਮਨਜੀਤ ਸਿੰਘ ਜੀਕੇ ਨੇ ਦੁਬਾਰਾ ਪ੍ਰਧਾਨਗੀ ਦਾ ਚਾਰਜ ਸੰਭਾਲ ਲਿਆ। ਸੋ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਭਾਵੇਂ ਇਹ ਗੱਲ ਕਹਿ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਰੇਲ ਹਾਦਸੇ ਕਰਕੇ ਇਜ਼ਰਾਈਲ ਦੌਰਾ ਰੱਦ ਕਰਨਾ ਚਾਹੀਦਾ ਸੀ, ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਤਾਰ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਉਹਨਾਂ ਦਾ ਦੌਰਾ ਪਹਿਲਾਂ ਤੋਂ ਹੀ ਤੈਅ ਸੀ ਅਤੇ ਪੰਜਾਬ ਦੇ ਕਈ ਮੰਤਰੀ ਵੀ ਇਜ਼ਰਾਈਲ ਪਹੁੰਚੇ ਹੋਏ ਨੇ ਔਰ ਇਜ਼ਰਾਈਲ ਸਰਕਾਰ ਵੱਲੋਂ ਵੀ ਤਿਆਰੀਆਂ ਕੀਤੀਆਂ ਗਈਆਂ ਸੀ। ਪਰ ਕੈਪਟਨ ਅਮਰਿੰਦਰ ਅੰਮ੍ਰਿਤਸਰ ਮਾਮਲੇ 'ਤੇ ਲਗਾਤਾਰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਨਿਗਰਾਨੀ ਵੀ ਰੱਖ ਰਹੇ ਨੇ। ਸੋ ਕੈਪਟਨ ਅਮਰਿੰਦਰ ਨੇ ਇਸ ਮਸਲੇ ਦੇ ਉੱਤੇ ਕਿਹਾ ਹੈ ਕਿ ਉਹਨਾਂ ਦੀਆਂ ਲਗਾਤਾਰ ਉੱਥੋਂ ਦੇ ਵੱਡੇ ਵੱਡੇ ਅਧਿਕਾਰੀਆਂ ਨਾਲ ਮੁਲਾਕਾਤਾਂ ਹੋ ਰਹੀਆਂ ਨੇ ਔਰ ਇਸ ਪਿੱਛੇ ਉਹਨਾਂ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਪਾਣੀ ਤੋਂ ਲੈ ਕੇ ਖੇਤੀਬਾੜੀ ਦੇ ਮਸਲੇ ਦੇ ਵਿੱਚ ਜ਼ਿਆਦਾ ਤਰੱਕੀ ਦਿਵਾਉਣੀ ਹੈ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਭਾਈਚਾਰੇ ਨਾਲ ਵੀ ਮੁਲਾਕਾਤ ਕੀਤੀ ਹੈ ਔਰ ਬਹੁਤ ਸਾਰੇ ਪੰਜਾਬੀ ਲੋਕ ਉਸ ਵਕਤ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਚਾਹ ਵੀ ਪੀਤੀ ਹੈ। ਸੋ ਹੁਣ ਤੱਕ ਨਰਿੰਦਰ ਮੋਦੀ ਜਦੋਂ ਵਿਦੇਸ਼ ਜਾਂਦੇ ਸੀ ਤਾਂ ਉਹ ਪੰਜਾਬੀਆਂ ਨੂੰ ਮਿਲਦੇ ਸੀ, ਪਰ ਕੈਪਟਨ ਅਮਰਿੰਦਰ ਨੇ ਚਾਹ ਦਾ ਪਿਆਲਾ ਸਾਂਝਾ ਕੀਤਾ ਉੱਥੇ ਵੱਸਦੇ ਪੰਜਾਬੀਆਂ ਦੇ ਨਾਲ ਔਰ ਗੈਰ ਕਾਨੂੰਨੀ ਟਰੈਵਲ ਏਜੰਟਾਂ 'ਤੇ ਨਕੇਲ ਪਾਉਣ ਦੇ ਲਈ ਵੀ ਉੱਥੇ ਖੂਬ ਚਰਚਾ ਹੋਈ ਹੈ ਔਰ ਇਸ ਤੋਂ ਇਲਾਵਾ ਉੱਥੇ ਗੁਰਦੁਆਰੇ ਦੇ ਨਿਰਮਾਣ ਲਈ ਜ਼ਮੀਨ ਮੁਹੱਈਆ ਕਰਵਾਉਣ ਦਾ ਵੀ ਇੱਕ ਮਸਲਾ ਹੈ ਜਿਹੜਾ ਵਿਚਾਰਿਆ ਗਿਆ। ਸੋ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਇਹ ਦੌਰਾ ਹੈ ਇਹ ਜਿੱਥੇ ਸੱਭਿਆਚਾਰਕ ਨੂੰ ਸੱਭਿਆਚਾਰਕ ਪੱਖੋਂ ਅਹਿਮ ਮੰਨਿਆ ਜਾ ਰਿਹਾ ਹੈ ਉੱਥੇ ਹੀ ਪੰਜਾਬ ਦੀ ਖੇਤੀਬਾੜੀ ਔਰ ਪੰਜਾਬ ਦੇ ਪਾਣੀ ਨੂੰ ਸ਼ੁੱਧ ਕਰਕੇ ਨਹਿਰੀ ਪਾਣੀ ਨੂੰ ਦਰਿਆਈ ਪਾਣੀ ਨੂੰ ਪੀਣ ਦੇ ਕਾਬਲ ਬਣਾਉਣ ਦੇ ਪੱਖੋਂ ਵੀ ਅਹਿਮ ਮੰਨਿਆ ਜਾ ਰਿਹਾ। ਔਰ ਹੁਣ ਰੁੱਖ ਕਰਦੇ ਹਾਂ ਸਿੱਧਾ ਸਾਡੇ ਪਵਿੱਤਰ ਸ਼ਹਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਔਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਗਿਆ ਮੁੰਬਈ ਦੀ ਸੰਗਤ ਵੱਲੋਂ। ਤਸਵੀਰਾਂ ਇਸ ਵਕਤ ਤੁਹਾਡੀ ਟੈਲੀਵਿਜ਼ਨ ਸਕਰੀਨ 'ਤੇ ਨੇ, ਬਹੁਤ ਹੀ ਦਿਲ ਖਿੱਚਵੀਆਂ ਤਸਵੀਰਾਂ ਨੇ। ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਲਈ ਮੁੰਬਈ ਤੋਂ ਸੰਗਤਾਂ ਪਹੁੰਚੀਆਂ ਸਨ। ਚੌਥੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਮੁੰਬਈ ਦੀਆਂ ਸੰਗਤਾਂ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਦੀ ਸੁੰਦਰਤਾ ਨੂੰ ਹੋਰ ਵਧਾ ਦਿੱਤਾ ਗਿਆ ਔਰ ਰੰਗ ਬਿਰੰਗੇ ਫੁੱਲਾਂ ਦੇ ਨਾਲ ਸਜਾਇਆ ਜਾ ਰਿਹਾ। ਕਰੀਬ 1000 ਕਿਲੋ ਤੋਂ ਵੀ ਜ਼ਿਆਦਾ
ਵਜਨ ਦੇ ਕਈ ਫੁੱਲ ਸਿਰਫ ਦੇਸ਼ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਮੰਗਵਾਏ ਗਏ ਨੇ। ਫੁੱਲਾਂ ਦੀ ਸਜਾਵਟ ਦੇ ਲਈ ਵੀ ਬਹੁਤ ਵੱਡੀ ਗਿਣਤੀ ਵਿੱਚ ਕਾਰੀਗਰ ਦਿਨ ਰਾਤ ਰੁੱਝੇ ਹੋਏ ਨੇ। ਸੋ ਤੁਸੀਂ ਸੰਗਤਾਂ ਦਾ ਚਾਅ ਵੀ ਦੇਖ ਸਕਦੇ ਹੋ ਕਿ ਮੁੰਬਈ ਦੀਆਂ ਸੰਗਤਾਂ ਪਿਛਲੇ 7 ਸਾਲਾਂ ਤੋਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਇਸੇ ਤਰ੍ਹਾਂ ਨਾਲ ਜੋਸ਼, ਸ਼ਰਧਾ ਅਤੇ ਉਤਸ਼ਾਹ ਦੇ ਨਾਲ ਇੱਥੇ ਪੁੱਜਦੀਆਂ ਨੇ। ਇਹਨਾਂ ਫੁੱਲਾਂ ਦੇ ਵਿੱਚ ਗੈਂਦਾ ਹੈ, ਗੁਲਾਬ ਹੈ, ਜੈਸਮੀਨ ਹੈ, ਆਰਕਿਡ ਹੈ, ਕਾਰਨੇਸ਼ਨ ਹੈ। ਸੋ ਸਜਾਵਟ ਬਹੁਤ ਵੇਖਣ ਵਾਲੀ ਬਣਦੀ ਹੈ। ਔਰ ਇਸ ਸੇਵਾ ਦੇ ਜ਼ਰੀਏ ਮੈਂ ਇਹ ਦੱਸ ਦੇਵਾਂ ਕਿ ਦਰਸ਼ਨੀ ਡਿਊਟੀ, ਲੰਗਰ ਹਾਲ, ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸਾਰੇ ਪਾਸੇ ਹੀ ਫੁੱਲਾਂ ਦੇ ਨਾਲ ਸਜਾਵਟ ਕੀਤੀ ਗਈ ਹੈ। ਔਰ ਤੁਸੀਂ ਵੇਖ ਸਕਦੇ ਹੋ ਕਿ ਕਿੱਡੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ 'ਚ ਉਤਸ਼ਾਹ ਹੈ ਔਰ ਆਮ ਲੋਕ ਥਾਂ ਥਾਂ 'ਤੇ ਆਪਣੇ ਮੋਬਾਈਲ ਦੇ ਵਿੱਚ ਇਹਨਾਂ ਤਸਵੀਰਾਂ ਨੂੰ ਯਾਦਗਾਰ ਬਣਾ ਰਹੇ ਨੇ। ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਸ਼ਰਧਾਲੂ ਅਤੇ ਸੰਗਤ ਹਮੇਸ਼ਾ ਦੀ ਤਰ੍ਹਾਂ ਪੁੱਜੇ ਹੋਏ ਨੇ। ਸੋ ਇਹ ਰਸ਼ ਜਿਹੜਾ ਬਾਜ਼ਾਰਾਂ ਦੇ ਵਿੱਚੋਂ ਵੀ ਲੰਘ ਰਿਹਾ, ਬਹੁਤ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਸੜਕਾਂ ਦੀ ਸਫਾਈ ਸੰਗਤ ਆਪ ਕਰ ਰਹੀ ਹੈ। ਸੋ ਨਜ਼ਾਰਾ ਜਿਹੜਾ ਹੈ ਇਹ ਸੱਚਮੁੱਚ ਬਹੁਤ ਜ਼ਿਆਦਾ ਦਿਲ ਨੂੰ ਖਿੱਚਣ ਵਾਲਾ ਬਣ ਜਾਂਦਾ। ਬਹੁਤ ਵੱਡਾ ਸਾਡੀ ਪੂਰੀ ਦੁਨੀਆ ਦੀ ਆਸਥਾ ਦਾ ਕੇਂਦਰ ਹੈ ਸੱਚਖੰਡ ਸ਼੍ਰੀ ਦਰਬਾਰ ਸਾਹਿਬ। ਔਰ ਮੁੰਬਈ ਤੋਂ ਹਰ ਸਾਲ ਹੀ ਜਿਹੜੀਆਂ ਸੰਗਤਾਂ ਨੇ ਉਹ ਇਸੇ ਤਰੀਕੇ ਨਾਲ ਆਉਂਦੀਆਂ ਨੇ। ਔਰ ਇੱਕ ਵਾਰੀ ਇਹਨਾਂ ਤਸਵੀਰਾਂ ਦਾ ਆਨੰਦ ਜ਼ਰੂਰ ਲਈਏ ਕਿ ਕਿਵੇਂ ਇਹਨਾਂ ਤਸਵੀਰਾਂ ਦੇ ਨਾਲ ਬੈਂਡ ਔਰ ਉੱਥੇ ਜਿਹੜੇ ਜੈਕਾਰੇ ਲੱਗ ਰਹੇ ਨੇ ਉਹ ਸੁਨੇਹਾ ਦੇ ਰਹੇ ਨੇ। ਸੰਤਾਂ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬਾਂ ਦਾ ਸਾਰੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਅੱਜ ਬਹੁਤ ਵੱਡਾ ਉਤਸ਼ਾਹ ਇਹ ਸੰਗਤਾਂ ਦੇ ਨਗਰ ਕੀਰਤਨ 'ਚ ਪਾਇਆ ਜਾ ਰਿਹਾ, ਜਿਸ ਵਿੱਚ ਦੇਸ਼ ਵਿਦੇਸ਼ਾਂ 'ਚੋਂ ਵੱਡੀ ਗਿਣਤੀ ਸੰਗਤਾਂ ਸ਼ਾਮਿਲ ਹੋਈਆਂ ਨੇ। ਥਾਂ ਥਾਂ 'ਤੇ ਲੰਗਰ ਅਤੇ ਸਾਰੇ ਸ਼ਹਿਰ ਨੂੰ ਸਜਾਇਆ ਗਿਆ। ਮੈਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਉੱਧਰ ਕੈਨੇਡਾ ਕੁਛ ਸਮਾਂ ਪਹਿਲਾਂ ਸਾਡੇ ਪੰਜਾਬ ਦੇ ਵਿਧਾਇਕ ਵਾਪਸ ਮੋੜ ਦਿੱਤੇ ਗਏ ਸਨ ਕੈਨੇਡਾ ਦੇ ਏਅਰਪੋਰਟ ਤੋਂ। ਸੰਧੋਆ, ਅਮਰਜੀਤ ਸਿੰਘ ਸੰਧੋਆ ਔਰ ਵਿਧਾਇਕ ਸੰਧਵਾ, ਇਹਨਾਂ ਦੋਵਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ ਅਮਰਜੀਤ ਸਿੰਘ ਹਲਕਾ ਵਿਧਾਇਕ ਨੇ ਰੂਪਨਗਰ ਦੇ। ਸੋ ਕੁਲਤਾਰ ਸਿੰਘ ਸੰਧਵਾ ਔਰ ਅਮਰਜੀਤ ਸਿੰਘ ਸੰਧਵਾ ਨੂੰ ਕੈਨੇਡੀਅਨ ਇਮੀਗ੍ਰੇਸ਼ਨ ਵੱਲੋਂ ਕੈਨੇਡਾ ਦੇ ਓਟਵਾ ਏਅਰਪੋਰਟ ਤੋਂ ਵਾਪਸ ਭੇਜਣ ਦੇ ਮਾਮਲੇ ਦੇ ਵਿੱਚ ਹੁਣ ਉੱਥੋਂ ਦੀ ਟਰੂਡੋ ਸਰਕਾਰ ਨੇ ਦੋਵੇਂ ਵਿਧਾਇਕਾਂ ਨੂੰ ਕਿਸੇ ਵੀ ਸਮੇਂ ਕੈਨੇਡਾ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਸੋ ਕੈਨੇਡਾ ਸਰਕਾਰ ਨੇ ਭਾਰਤੀ ਹਾਈ ਕਮਿਸ਼ਨ ਅਤੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਇਸ ਸੰਬੰਧੀ ਜਾਣਕਾਰੀ ਦੇ ਦਿੱਤੀ ਹੈ। ਸੋ ਹੁਣ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਧਵਾ ਨੇ ਕਿਹਾ ਹੈ ਕਿ ਕਿਸੇ ਵੀ ਭਾਰਤੀ ਨੂੰ ਕੈਨੇਡਾ ਇਮੀਗ੍ਰੇਸ਼ਨ ਨੂੰ ਸਮਝਣਾ ਚਾਹੀਦਾ ਹੈ ਔਰ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਕਿਸੇ ਨੂੰ ਵੀ ਬਹੁਤ ਜਲਦਬਾਜ਼ੀ ਦੇ ਵਿੱਚ ਡਿਪੋਰਟ ਨਾ ਕਰਨ। ਦੇਖੋ ਇਹ ਸਰਕਾਰ ਦਾ, ਸਾਡੀ ਸਰਕਾਰ, ਪੰਜਾਬ ਸਰਕਾਰ ਦਾ, ਸੈਂਟਰ ਸਰਕਾਰ ਦਾ, ਅਸੀਂ ਵਿਦੇਸ਼ ਮੰਤਰਾਲੇ ਨਾਲ ਗੱਲ ਕਰੀ ਸੀ ਸਾਡੇ ਸਪੀਕਰ ਸਾਹਿਬ ਨੇ, ਇਹ ਵਧੀਆ ਉਪਰਾਲਾ ਦਿੱਤਾ ਹੈ ਕਿ ਕਿਸੇ ਨੂੰ ਵੀ ਉੱਥੇ ਪਰੇਸ਼ਾਨ ਨਹੀਂ ਕੀਤਾ ਜਾਏਗਾ, ਉਹ ਸਾਰਾ ਇੱਥੇ ਦੱਸ ਕੇ ਜਾਓ। ਔਰ ਉਹਨਾਂ ਨੇ ਸਾਰੀ ਉਹਨਾਂ ਸਰਕਾਰ ਨਾਲ ਗੱਲ ਕਰੀ ਕਿ ਤੁਸੀਂ ਸਾਡੇ ਜਿਹੜੇ ਵਿਧਾਇਕ ਆਏ ਅਤੇ ਉਹਨਾਂ ਨੂੰ ਤੁਸੀਂ ਪਰੇਸ਼ਾਨ ਕਰਿਆ ਹੈ ਔਰ ਵਾਪਸ ਕਰਿਆ ਹੈ, ਉਹਨਾਂ ਦੇ ਮਸਲਾ ਲਿਆਂਦਾ, ਪਰ ਉਹਨਾਂ ਨੇ ਹੁਣ ਆਪਣੀ ਗਲਤੀ ਮੰਨ ਲਈ ਕਿ ਕਿਤੇ ਨਾ ਕਿਤੇ ਸਾਡੀ ਭੁੱਲ ਹੋਈ ਹੈ, ਜਿਹੜਾ ਅਸੀਂ ਉਹਨਾਂ ਨੂੰ ਮੋੜਿਆ ਹੈ। ਠੀਕ ਹੈ ਜੀ, ਉਸ ਤੋਂ ਸਰਕਾਰ ਦੇ ਅਸੀਂ ਫੈਸਲੇ ਤੋਂ ਖੁਸ਼ ਹੈ। ਮੈਂ ਤਾਂ ਸਰਕਾਰ ਮੋਹਰਾ ਕੱਲ੍ਹ ਵੀ ਸਪੀਕਰ ਸਾਹਿਬ ਮੋਹਰਾ ਵੀ ਵਿਦੇਸ਼ ਮੰਤਰਾਲੇ ਨੂੰ ਫਿਰ ਚਿੱਠੀ ਲਿਖਾਂਗੇ ਕਿ ਇਕੱਲੇ MLA ਮੰਤਰੀਆਂ ਜਾਂ MPਾਂ ਦੀ ਗੱਲ ਨਹੀਂ ਹੈਗੀ ਕਿ ਸਾਰੇ ਪੰਜਾਬ ਦੇ ਲੋਕ ਖੱਜਲ ਖੁਆਰ ਨਹੀਂ ਹੋਣੇ ਚਾਹੀਦੇ ਸਾਰੇ। ਸੋ ਹੁਣ ਫਿਰ ਗੱਲ ਕਰਦੇ ਹਾਂ ਪਟਿਆਲਾ ਦੀ। ਪਟਿਆਲਾ ਦੇ ਵਿੱਚ ਪੰਜਾਬ ਭਰ ਤੋਂ ਅਧਿਆਪਕ ਇਕੱਠੇ ਹੋ ਰਹੇ ਨੇ। ਅਸਲ ਦੇ ਵਿੱਚ ਅਧਿਆਪਕ ਪੰਜਾਬ ਦੀ ਸਰਕਾਰ ਤੋਂ ਨਾਰਾਜ਼ ਚੱਲਦੇ ਆ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ
ਉਹਨਾਂ ਦੀ ਤਨਖਾਹ ਤੈਅ ਕਰਨ ਦੇ ਮਾਮਲੇ ਦੇ ਵਿੱਚ ਇਨਸਾਫ ਨਹੀਂ ਕੀਤਾ। ਸੋ ਹੁਣ ਵੇਖਣ ਵਾਲੀ ਗੱਲ ਇਹ ਰਹੇਗੀ ਕਿ ਅਧਿਆਪਕ ਔਰ ਟੀਚਰਾਂ ਦੇ ਵਿਚਾਲੇ ਇਹ ਤਕਰਾਰ ਕਦੋਂ ਖਤਮ ਹੋਏਗਾ। ਸੋ ਹੁਣ ਜਿਹੜੇ ਅਧਿਆਪਕ ਨੇ ਉਹ ਇਕੱਠੇ ਹੋ ਰਹੇ ਨੇ ਪਟਿਆਲਾ ਦੇ ਵਿੱਚ ਔਰ ਲੰਬੇ ਸੰਘਰਸ਼ ਵਾਲੇ ਪਾਸੇ ਅਧਿਆਪਕਾਂ ਦਾ ਇਕੱਠਾ ਹੋਣਾ ਸੁਨੇਹੇ ਦੇ ਰਿਹਾ। ਸੋ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਨੇ, ਅਧਿਆਪਕਾਂ ਦੀਆਂ ਨੇ, ਇਸ ਤੋਂ ਇਲਾਵਾ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ, ਉਹ ਵੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਆਪਣੀ ਮੰਗ ਬੁਲੰਦ ਕਰਨ ਦੇ ਲਈ ਅਧਿਆਪਕਾਂ ਦਾ ਸਾਥ ਦੇਣ ਲਈ ਪਹੁੰਚ ਰਹੇ ਨੇ। ਇਸ ਤੋਂ ਇਲਾਵਾ ਪਟਿਆਲਾ ਤੋਂ, ਫਿਰੋਜ਼ਪੁਰ ਤੋਂ, ਫਾਜ਼ਿਲਕਾ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਅਧਿਆਪਕ ਪਟਿਆਲਾ ਪਹੁੰਚ ਰਹੇ ਨੇ। ਇਸ ਵਕਤ ਤੁਸੀਂ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ, ਇਹ ਤਸਵੀਰਾਂ ਕੁਝ ਦਿਨ ਤੋਂ ਚੱਲ ਰਹੇ ਉਸ ਧਰਨੇ ਦੀਆਂ ਨੇ, ਜਿਹੜੇ ਪਿਛਲੇ ਕਈ ਦਿਨਾਂ ਤੋਂ ਧਰਨੇਬਾਜ਼ੀ ਹੋ ਰਹੀ ਹੈ। ਇਹ ਸਾਰੀਆਂ ਤਸਵੀਰਾਂ ਰਲੀਆਂ ਮਿਲੀਆਂ ਨੇ ਪਿਛਲੇ ਕੁਝ ਦਿਨਾਂ ਦੀਆਂ। ਔਰ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਨੇ ਕਿਹਾ, ਅਧਿਆਪਕਾਂ ਨੇ, ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਅਸੀਂ ਹਰ ਹਾਲਤ ਦੇ ਵਿੱਚ ਤੁਹਾਨੂੰ ਪੱਕੇ ਕਰਾਂਗੇ, ਸੋ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ ਨੇ। ਉੱਧਰ ਸਨਅਤੀ ਕੇਂਦਰ ਲੁਧਿਆਣਾ ਵਿਖੇ ਟਰੇਡ ਯੂਨੀਅਨਾਂ ਵੱਲੋਂ ਵੀ ਪੰਜਾਬ ਦੀ ਸਰਕਾਰ ਦੇ ਖਿਲਾਫ਼ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਵਿਖਾਵੇ ਕੀਤੇ ਜਾ ਰਹੇ ਨੇ, ਥਾਂ ਥਾਂ 'ਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਤਨਖਾਹ ਕਮਿਸ਼ਨ ਦੇ ਵਿੱਚ ਵਾਅਦੇ ਦੀ ਮੰਗ ਨੂੰ ਲੈ ਕੇ ਟਰੇਡ ਯੂਨੀਅਨ ਵੱਲੋਂ ਵਿਰੋਧ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਔਰ ਇਹਨਾਂ ਦੇ ਵਿੱਚ ਬਿਜਲੀ ਮੁਲਾਜ਼ਮ ਉਚੇਚੇ ਤੌਰ 'ਤੇ ਮੌਜੂਦ ਨੇ। ਔਰ ਬਿਜਲੀ ਮੁਲਾਜ਼ਮਾਂ ਵੱਲੋਂ ਪ੍ਰਧਾਨ ਸਵਰਨ ਸਿੰਘ ਦੀ ਅਗਵਾਈ ਦੇ ਵਿੱਚ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਨਾਲ ਸੰਬੰਧਿਤ ਗਿਲੇ ਸ਼ਿਕਵੇ ਆ ਜਿਹੜੇ ਉਹ ਵਿਚਾਰਨ ਦੀ ਮੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਉਹ ਤੁਰੰਤ ਸਰਕਾਰ ਸਵੀਕਾਰ ਕਰੇ, ਜਿਵੇਂ ਕਿ 4 ਕਿਸ਼ਤਾਂ DA ਦੀਆਂ, 24 ਮਹੀਨੇ ਦਾ ਏਰੀਅਲ, ਔਰ ਇਸੇ ਤਰ੍ਹਾਂ ਪੇ ਕਮਿਸ਼ਨ ਦੀ ਰਿਪੋਰਟ ਬਕਾਇਦਾ ਤੌਰ 'ਤੇ, ਉਹਨੂੰ ਪੇ ਕਮਿਸ਼ਨ ਨੂੰ ਠਾਲ ਕੇ ਬਕਾਇਦਾ ਤੌਰ 'ਤੇ ਪੇ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰੇ। ਔਰ ਮੈਂ ਇਹ ਵੀ ਕਹਾਂਗਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਕਈ ਵਾਰ ਯਾਦ ਕਰਾਇਆ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦਾ ਨਿਪਟਾਰਾ ਕੀਤਾ ਜਾਵੇ। ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਕਿ ਜਿੱਥੇ ਕਿਸਾਨਾਂ ਦੀਆਂ ਮੰਗਾਂ ਮਨਾਈਆਂ ਜਾ ਰਹੀਆਂ ਨੇ, ਮਜ਼ਦੂਰਾਂ ਦੀਆਂ ਮੰਗਾਂ ਮਨਾਈਆਂ ਜਾ ਰਹੀਆਂ ਨੇ, ਉੱਥੇ ਮੁਲਾਜ਼ਮਾਂ ਦੀਆਂ ਮੰਗਾਂ ਵੀ ਬਣਾਈਆਂ ਜਾਣ, ਤਾਂ ਕਿ ਜਿਹੜੇ ਮੁਲਾਜ਼ਮਾਂ ਦੇ ਵਿੱਚ ਗੁੱਸਾ ਪਾਇਆ ਜਾ ਰਿਹਾ ਉਹ ਬਕਾਇਦਾ ਤੌਰ ਦੇ ਉੱਤੇ ਸ਼ਾਂਤ ਕੀਤਾ ਜਾਵੇ। ਅਸੀਂ ਇਹ ਵੀ ਕਹਿੰਦੇ ਹਾਂ ਕਿ ਬਕਾਇਦਾ ਤੌਰ ਦੇ ਉੱਤੇ ਜੋ ਪਟਿਆਲੇ ਵਿੱਚ ਮਲਾਸਟਰ ਧਰ ਜਾਂਦੇ ਜਾਂਦੇ ਇੱਕ ਹੋਰ ਅਹਿਮ ਖਬਰ ਦੱਸ ਦਈਏ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਰੇਲ ਮੰਤਰੀ ਪਿਊਸ਼ ਗੋਇਲ ਨੂੰ ਚਿੱਠੀ ਲਿਖ ਕੇ ਰੇਲ ਟਰੈਕ 'ਤੇ ਫੈਂਸਿੰਗ ਅਤੇ CCTV ਕੈਮਰੇ ਲਾਉਣ ਦੀ ਮੰਗ ਕੀਤੀ ਹੈ। ਸੋ ਨਵਜੋਤ ਸਿੰਘ ਸਿੱਧੂ ਨੇ ਰੇਲ ਮੰਤਰੀ ਨੂੰ ਕਿਹਾ ਕਿ ਤੁਸੀਂ ਫੈਂਸਿੰਗ ਕਰੋ, ਭਾਵ ਤਾਰਾਂ ਲਾਓ ਅਤੇ CCTV ਕੈਮਰੇ ਵੀ ਰੇਲ ਟਰੈਕ ਦੇ ਉੱਤੇ ਲਾਓ ਸਾਰੀਆਂ ਅਹਿਮ ਥਾਵਾਂ ਦੇ ਉੱਤੇ। ਸੋ ਫਿਲਹਾਲ ਇਹ ਸਨ ਅੱਜ ਤੱਕ ਦੀਆਂ ਖਬਰਾਂ। ਹਰ ਰੋਜ਼ ਇਸੇ ਸਮੇਂ ਅਸੀਂ ਬਿਲਕੁਲ ਲਾਈਵ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੁੰਦੇ ਹਾਂ। ਹੁਣ ਸੁਰਿੰਦਰ ਡੱਲਾ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।